ਮਾਨਾ ਨਾਲ ਕਿਵੇਂ ਭਗਵੰਤ ਸਿੰਘ ਬੇਈਮਾਨ ਦੀ ਸਰਕਾਰ ਬੇਈਮਾਨੀ ਨੀਤੀ ਅਪਣਾ ਰਹੀ ਹੈ, ਕਿਵੇਂ ਪੰਜਾਬੀਆਂ ਦੇ ਨਾਲ ਭਾਵੇਂ ਕੈਬਨਿਟ ਚ ਵਿਧਾਨ ਸਭਾ ਚ ਜਿਹੜੇ ਫੈਸਲੇ ਹੋ ਰਹੇ ਉਹਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਰੂਲ 17 ਇਹ ਹੇਠ ਜਿਹੜਾ ਬਾਰ ਬਾਰ ਪਾਸ ਕੀਤਾ ਜਾਂਦਾ ਕਿ ਪੰਜਾਬੀ ਜ਼ਰੂਰ ਬੋਲਣੀ ਆਉਣੀ ਚਾਹੀਦੀ, ਉਸ ਨੂੰ ਕਿਵੇਂ ਛਿੱਕੇ ਤੇ ਟੰਗ ਕੇ ਰਿਕਰੂਟਮੈਂਟ ਪ੍ਰੋਸੈਸ ਨੂੰ ਬਾਰ ਬਾਰ ਛਿੱਕੇ ਤੇ ਟੰਗ ਕੇ ਭਰਤੀ ਕੀਤੀ ਜਾ ਰਹੀ ਹੈ, ਉਹਦੇ ਮੈਂ ਦੋ ਵੱਡੇ ਉਦਾਹਰਣ ਦੇਣ ਲੱਗਿਆ। ਔਰ ਇਹ ਫਰੋਡ ਦਾ ਕੰਮ, 420 ਦਾ ਕੰਮ, ਪੰਜਾਬੀ ਨੌਜਵਾਨ ਬੱਚੇ ਬੱਚੀਆਂ ਨਾਲ ਧੋਖੇ ਦਾ ਕੰਮ, ਸੀਐਮ ਆਫਿਸ ਤੇ ਰੂਲਿੰਗ ਪਾਰਟੀ ਦੇ ਐਮਐਲਏ ਕਿਵੇਂ ਚਲਾ ਰਹੇ ਆ, ਇਹ ਮੈਂ ਤੁਹਾਡੇ ਸਾਹਮਣੇ ਰੱਖਦਾ। ਔਰ ਇਹ ਤਾਂ ਵੀ ਤੁਹਾਨੂੰ ਕਰਨਾ, ਤੁਹਾਡੇ ਵੀ ਰਿਸ਼ਤੇਦਾਰ ਕਈ ਨੇ ਜਿਹੜੇ ਅਪਲਾਈ ਕਰ ਰਹੇ ਹੂ ਆਰ ਨੋਟ ਬੀਂਗ ਮੇਡ ਐਲੀਜੀਬਲ ਬਿਕੋਜ਼ ਆਫ ਦਿਸ ਧੱਕੇਸ਼ਾਹੀ। ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅੱਜ ਇੱਕ ਚਿੱਠੀ ਸਾਹਮਣੇ ਰੱਖਣ ਲੱਗਿਆ, ਇਹ ਆਦਿਲ ਅਜ਼ਮੀ ਸਾਹਿਬ ਨੇ ਜੀ, ਇਹਨਾਂ ਦਾ ਪਿਛੋਕੜ ਆ, ਉਹਨਾਂ ਦੀ ਫੋਟੋ ਹੈ। ਇਹ ਵੈਸੇ ਤਾਂ ਬਿਲੋਂਗ ਕਰਦੇ ਨੇ ਜੀ ਸ਼ਾਇਦ ਆਜ਼ਮਪੁਰ ਯੂਪੀ ਚੋਂ। ਇਹਨਾਂ ਨੂੰ ਆ ਚਿੱਠੀ ਕੱਢੀ ਸੀਐਮ ਸਾਹਿਬ ਨੇ, ਭਗਵੰਤ ਸਿੰਘ ਬੇਈਮਾਨ ਨੇ, ਇਹਨੂੰ ਪਿਆਰ ਨਾਲ ਉਹਨਾਂ ਨੇ ਕੀ ਕਿਹਾ, ਸ੍ਰੀ ਆਦਿਲ ਆਜ਼ਮੀ ਵਾਸੀ ਟਾਵਰ ਨੰਬਰ 3 ਫਲੈਟ ਨੰਬਰ 302 ਹਾਈਲੈਂਡ ਪਾਰਕ ਹਾਈ ਰਾਈਜ ਸੋਸਾਇਟੀ ਜ਼ੀਰਕਪੁਰ ਪੰਜਾਬ, ਜੋ ਇਸ ਸਮੇਂ ਦਫ਼ਤਰ ਪਨ ਮੀਡੀਆ ਵਿਖੇ ਕਮਿਊਨੀਕੇਸ਼ਨ ਐਡਵਾਈਜ਼ਰ ਵਜੋਂ ਕੰਮ ਕਰ ਰਹੇ ਹਨ, ਨੂੰ ਵਿਸ਼ੇਸ਼ ਕਾਰਜ ਅਫਸਰ ਮੁੱਖ ਮੰਤਰੀ ਪੰਜਾਬ ਮੀਡੀਆ ਦਾ ਵਾਧੂ ਚਾਰਜ ਦਿੱਤਾ ਜਾਂਦਾ ਹੈ। ਉਹ ਪੰਜਾਬ ਸਰਕਾਰ ਦੇ ਸਾਰੇ ਮੀਡੀਆ ਬਾਬਤ ਕਾਰਜਾਂ ਨੂੰ ਸੁਪਰਵਾਈਜ਼ ਅਤੇ ਕੋਆਰਡੀਨੇਟ ਕਰਨਗੇ। ਕੁਮਾਰ ਰਾਹੁਲ IAS ਸਕੱਤਰ ਪੰਜਾਬ ਸੈਕਟਰੀਏਟ ਆਰਡਰ 4 ਫਰਵਰੀ 2023। ਵਿਧਾਨ ਸਭਾ ਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਤੁਸੀਂ ਪੜਾਓ ਮੂਰਖ ਕਿ ਅਸੀਂ ਤਾਂ ਜੀ ਪੰਜਾਬੀ ਲਾਜ਼ਮੀ ਕਰਦੀ ਹੈ, ਇਹਨੂੰ ਇਹ ਕੁੱਕਰ ਦਾ ਆਉਂਦਾ ਹੋਵੇ ਪੰਜਾਬੀ ਦਾ, ਕੈਬਨਿਟ ਚ ਤੁਸੀਂ ਪਾਸ ਕਰੋ ਔਰ ਉਸ ਕੈਬਨਿਟ ਦੇ ਫੈਸਲਿਆਂ ਦੀ ਧੱਜੀ ਉਡਾਈ ਜਾਵੇ ਕਿਸੇ ਹੋਰ ਨੇ। ਹੀ ਹੈਜ਼ ਬੀਨ ਅਪੁਆਇੰਟਡ ਐਸ OSD, ਇਹਨੂੰ ਪੈਸੇ ਕਿੰਨੇ ਦੇ ਰਿਹਾ ਜੀ ਇਹ ਆਜ਼ਮੀ ਸਾਹਿਬ ਨੂੰ, ਆਜ਼ਮੀ ਸਾਹਿਬ ਨੂੰ ਇਹਨਾਂ ਨੂੰ। ਅੱਛਾ, ਦੋ ਐਡਰੈਸ ਵੀ ਦੱਸ ਦੇਣਾ, ਉਹਦੇ ਚ ਤਾਂ ਲਿਖਦਾ ਹਾਈ ਰਾਈਜ਼ ਜ਼ੀਰਕਪੁਰ, ਕਿਹੜੀ ਹਾਈ ਰਾਈਜ਼, ਹਾਈਲੈਂਡ ਸੋਸਾਇਟੀ। ਇੱਥੇ ਜਿਹੜੀ ਚਿੱਠੀ ਹੋਰ ਮੈਂ ਕੱਢ ਕੇ ਲਿਆ, 9, 11, 22 SS ਪ੍ਰੋਵਾਈਡਰਸ ਨੇ ਜੀ ਜਿਹੜੇ ਇਹਨਾਂ ਨੂੰ ਹਾਇਰ ਕਰ ਰਹੇ ਹੈ, ਉੱਥੇ ਐਡਰੈਸ ਦੇ ਰਿਹਾ 36 ਹਾਸ਼ਮੀ ਮੰਜ਼ਿਲ ਜਾਮੀਆ ਨਗਰ ਅਪੂ ਫਜ਼ੀਲ ਇਨਕਲੇਵ ਓਖਲਾ UT ਦਿੱਲੀ ਲੈਟਰ ਆਫ ਅਪੁਆਇੰਟਮੈਂਟ। ਇਹ ਦਿੱਲੀ ਨੂੰ ਕੇਜਰੀਵਾਲ ਸਾਹਿਬ ਦਾ ਜਿਹੜਾ ਰਿਮੋਟ ਕੰਟਰੋਲ ਮਾਡਲ ਹੈ, ਜਿਹੜੇ ਉਹਨਾਂ ਨੂੰ ਲਿਆ ਲਿਆ ਇੱਥੇ ਭਰਤੀ ਕਰ ਲਿਆ, ਇਹਨਾਂ ਨੂੰ 1.5 ਲੱਖ ਰੁਪਈਆ ਇਹਨਾਂ ਦੀ ਸੈਲਰੀ ਕੀ ਹੈ, ਸੈਲਰੀ ਦਿੱਤੀ ਜਾਊਗੀ। ਯੂ ਵਿਲ ਬੀ ਇੰਟਾਈਟਲਡ ਟੂ ਅ ਮੰਥਲੀ ਰਿਊਮਨਰੇਸ਼ਨ ਆਫ 1,50,000 ਰੁਪੀਜ਼। ਇਹ ਮੈਂ ਪੁੱਛਣਾ ਚਾਹੁੰਦਾ, 1.5 ਲੱਖ ਦਾ ਇਹਦਾ ਖਰਚਾ ਪੰਜਾਬੀ ਕਿਉਂ ਦੇਣਗੀ, UP ਤੋਂ ਤੁਸੀਂ ਲਿਆ ਕੇ ਬੰਦਾ ਭਰਤੀ ਕਰ ਰਹੇ ਹੋ, ਫਿਰ ਉਹਨੂੰ ਗੱਡੀ ਸਰਕਾਰੀ, ਉਹਦਾ ਤੇਲ ਵੀ ਪੰਜਾਬੀ ਦੇਣ, ਫਿਰ ਉਹਨੂੰ ਸਰਕਾਰੀ ਕੋਠੀ ਜਿਹੜੀ 5-5 ਕੋਠੀਆਂ ਦਿੱਤੀਆਂ ਹੋਈਆਂ ਸਰਕਾਰ ਦੀ, ਜਿਹਦੀ ਬਿਜਲੀ ਫਰੀ, ਰੋਟੀ ਪਾਣੀ ਫਰੀ, ਭਰਤੀ ਤਾਂ ਕਰ ਰਹੇ ਸੀ ਪੰਜਾਬੀ ਤੇ ਭਰਤੀ ਸ਼ੁਰੂ ਕਰਤੀ, ਮੁੱਖ ਮੰਤਰੀ ਸਾਹਿਬ ਆਪ ਕਰ ਰਹੇ, ਇੱਕ ਤਾਂ ਇਹ ਹੋ ਗਿਆ ਜੀ। ਫਿਰ ਇੱਕ ਹੋ ਗਿਆ ਅੰਕਿਤ ਸਕਸੈਨਾ ਸਾਹਿਬ, ਜਿਨ੍ਹਾਂ ਦੀ ਸੈਲਰੀ
सवा लाख रुपया पंजाबियों नूं तां नहीं किसे नूं इन्नी सैलरी दे रहे ते इहनूं गड्डी भी और गड्डी भी माड़ी मोटी नहीं दिंदे इन्हां सब नूं 30-30, 25-25 लाख दी इनोवा गड्डियां दित्तियां जिहड़ा कैबिनेट वजीर नूं गड्डी दित्ती आ 10-10 गनमैन घर सिक्योरिटी खाना पीना यह सारा ही खर्च मतलब कि यह दो बंदे जे मैं हिसाब लावा ते 5 लाख रुपये नू एक बंदा महीने का पै रहा ते विधानसभा च कहिंदे आ कि असीं पंजाबी लाजमी करती है आ योगा वाले आ दो ने तां इक दी भाई साहब दी तां मैं फोटो ही लैके आया कमल मिश्रा जी यह योग कराउंदे सन मुख्यमंत्री दिल्ली नू चलो तां कदे मैनू कोई इतराज नहीं मगर रिमोट कंट्रोल नाल पंजाब च इहदा नहीं कम चलना ओनू लिया के लॉस्ट जॉब्स अमिट राव एंड डेली योगा टू योगा कंसल्टेंट्स हायर्ड एट 1 लाख बाय स्टेट और लिया के शेर पंजाबी दी हर चीज दी धज्जी उड़ा के इत्थे भर्ती करदे ते किहनू योग सिखाउंदे आ झंडे नू जिहड़ा कहिंदा सीगा कि ऐ जापदा जदों ओम बलोम करो कि कुत्ते नूं खंग लग गई है ते मुड़ तुसीं पता लगदा कुत्ता 3 दिन बाद रूड़ी ते मरिया पिया होगा ओनू कराउंदे योगा ओ वीडियो वेखी ना तुसीं कि ओनूं योगा कोई समझ सकदे हो ओनूं कोई योगा करा सकदा मगर वाई शुड पंजाबी सफर कल्ली इह नहीं आ और इह हर बंदे दी सैलरी इज नॉट लैस दैन 1 लाख रुपीज उत्तों गड्डियां उत्तों घर दा खर्चा बिजली दा खर्चा हर चीज दा खर्चा फिर इह IITL जेड़ा पहला भी खबर लगी आ नवल अग्रवाल ए चीफ सैकटरी की मीटिंग ते शामिल हो रहे हैं सारी सीक्रेसी दी कैबिनेट दे सब फैसले इन्हां दे जा रहे एदा परचा दर्ज होना चाहिदा सीक्रेट्स एक्ट दे उल्ट जाके एदियां धज्जियां उड़ाईयां जा रहियां ने इसे तरह ओ पहला भी खबर तुसी उजागर कीतियां ने कि वैटनरी इंस्पैक्टर भर्ती होए सी ओहदे चो 68 चो 35 बंदे आउट ऑफ स्टेट सी ए खबर भी बड़ी जाकर होई सी ओ कागज फड़ाई मेरा भी रह गया पिछे ओ भी भर्ती पहला जाकर होई सी मैं फिर दिखा देना कि ओहदे चो आउट ऑफ 68 35 इंस्पैक्टर बाहरों सी ਜਾਂ ਰਾਜਸਥਾਨ ਤੋਂ ਤੇ ਜਾਂ ਹਰਿਆਣੇ ਤੋਂ ਫਿਰ ਇਹ ਵੇਖੋ ਪੰਜਾਬੀ ਜਿਹੜੇ ਖੁਦ ਮੁਖਤਿਆਰੀ ਦੀ ਗੱਲ ਕਰਦੇ ਆ ਜਾਂ ਆਪਦੇ ਫੈਸਲੇ ਆਪ ਗੱਲ ਕਰ ਲੈਣ ਦੀ ਗੱਲ ਕਰਦੇ ਆ ਉਹਨਾਂ ਦੇ ਨਾਲ MP ਤਾਂ ਬਣਾਏ ਬਾਹਰੋਂ ਇੱਕ ਉਹ ਬਣਾ ਤੇ ਪਾਠਕ ਸਾਹਿਬ ਉਹ ਵੀ ਆਜਮਗੜ੍ਹ ਤੋਂ ਆਉਂਦੇ ਆ ਫਿਰ ਉਹ ਰਾਘਵ ਚੱਡਾ ਜੀ ਬਣਾ ਤੇ ਉਹ ਦਿੱਲੀ ਤੋਂ ਆਉਂਦੇ ਨੇ ਫਿਰ ਬੜਾ ਰੌਲਾ ਪੈਂਦਾ ਜੀ ਪੈਸੇ ਲੈ ਕੇ ਕਈ ਬਣਾਤੇ ਮਗਰ ਉਹਦੇ ਨਾਲ ਨਾਲ ਐਕਸ ਅਡੀਸ਼ਨਲ ਚੀਫ ਸੈਕਟਰੀ ਦਿੱਲੀ ਸਤਿਆ ਗੋਪਾਲ ਨੂੰ ਰੇੜੇ ਦਾ ਚੇਅਰਮੈਨ ਲਾਤਾ ਇਸੇ ਤਰ੍ਹਾਂ ਰਿਟਾਇਰਡ IAS ਅਫਸਰ ਫੇਰ ਸਾਰੇ ਦਿੱਲੀ ਤੋਂ ਰਕੇਸ਼ ਗੋਇਲ ਨੂੰ ਮੈਂਬਰ ਰੇੜਾ ਲਾਤਾ ਦਿੱਲੀ IIT ਨਵਰ ਅਗਰਵਾਲ ਦੀ ਮੈਂ ਗੱਲ ਪਹਿਲਾਂ ਕਰਤੀ ਔਰ ਦਿੱਲੀ ਦੇ IAS ਅਫਸਰ ਸਾਬਕਾ ਡਾਕਟਰ ਸਤਵੀਰ ਬੇਦੀ ਨੂੰ ਚੇਅਰਮੈਨ PSEB ਲਾਤਾ ਮਤਲਬ ਇੱਕ ਅਪੁਆਇੰਟਮੈਂਟ ਨਹੀਂ ਕਿਵੇਂ ਪੰਜਾਬੀਆਂ ਨੂੰ ਪਾਸੇ ਰੱਖ ਕੇ ਅਪੁਆਇੰਟਮੈਂਟ ਕੀਤੀ ਜਾ ਰਹੀ ਹੈ ਹੁਣ ਮੈਂ ਆਉਂਦਾ ਜਿਹੜਾ ਸਭ ਤੋਂ ਵੱਡਾ ਫਰਾਡ ਖੇਡਿਆ ਜਾ ਰਿਹਾ ਫਰਾਡ ਤਾਂ ਪਹਿਲੇ ਵੀ ਨਹੀਂ ਛੋਟੇ ਇੱਥੋਂ ਇੱਕ ਕੱਲ ਪਰਸੋਂ ਇੱਕ ਸੀਗਾ ਇੱਥੇ ਤੁਹਾਡੇ ਆਏ ਸਨ ਸਾਡੇ ਪੁਰਾਣੇ DSP ਸਾਹਿਬ ਇਹਦਾ ਮੈਨੂੰ ਤਾਂ ਉਹਦੀ ਪ੍ਰੀਚੀ ਵੇਖ ਕੇ ਪਹਿਲਾਂ ਤਾਂ ਮੈਨੂੰ ਥੋੜਾ ਹੋਇਆ ਫਿਕਰ ਮੇਰੇ ਵੀ ਦਿਲ ਨੂੰ ਦਰਦ ਹੁੰਦੀ ਆ ਏਡੀ ਜ਼ੋਰ ਜ਼ੋਰ ਦਾ ਰੌਲਾ ਪਾਉਣ ਦਿਆ ਸੀ ਜੇ ਕੁਛ ਹੋ ਜੇ ਤੇ ਕਾਕਾ ਸੁਸ਼ੋਭਿਤ ਵੀਰ ਨੂੰ ਕੌਣ ਸਾਂਭੂ ਤੇਰੇ ਨਿਆਣਿਆਂ ਨੂੰ ਕੌਣ ਸਾਂਭੂ ਨਹੀਂ ਇੰਨਾ ਸਟ੍ਰੈਸ ਲਈਦਾ ਮੈਨੂੰ ਪਤਾ ਚਾਬੀ ਝੰਡੇ ਨੇ ਭਰੀ ਹੈ ਤੂੰ ਨੀ ਬੋਲਦੀ ਤੇਰੇ ਤੇ ਤੇਰਾ ਯਾਰ ਜ਼ਰੂਰ ਬੋਲਦਾ ਮਗਰ ਇਤਨਾ ਚੀਕਾਂ ਨਹੀਂ ਮਾਰੀ ਦੀਆਂ ਹੁੰਦੀਆਂ ਤੁਸੀਂ ਤਾਂ ਸਰਕਾਰ ਦੇ ਬੰਦੇ ਮੈਂ ਕੀ ਗੱਲ ਕਹਿਤੀ ਮੈਂ ਤਾਂ ਕਰਦਾ ਇਤਨੀ ਕਹੀ ਗੱਲ ਕਿ ਭਾਈ ਧੱਕਾ ਨਾ ਕਰੋ ਡਰਾਓ ਨਾ ਲੋਕਾਂ ਨੂੰ ਤੁਸੀਂ ਪੁਲਿਸ ਚ ਨਹੀਂ ਰਹੇ ਹੁਣ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਲੋਕਾਂ ਨੂੰ ਪਿਆਰ ਨਾਲ ਵੋਟ ਮੰਗੋ ਮਗਰ ਫਿਲਾਸਫੀ ਦਿੱਲੀ ਵਾਲੀ ਫੜ ਲਈ
केजरीवाल साहब आए सर की कह के गए जे वोट ना ना पाई सानू अच्छा साढ़े चार फुट का चलो मेरे लिए सत्कार योग जो है हो लमकिया कर लंबे हो जा मैं गल तो कोई मगर दिल्लियों आके दबके मारे जे वोट ना ना पाई तो फिर वेखियो सरकार साड़ी है की है तरीका वोटा लैण का आ भाई साहब एक तो तुसी मैनू दस्यो जी पहला आ जेडे उत्ते नूं रौला पाउंदे सी एम एल ए साहब डीएसपी साहब साबका की कहां जी बलकार सिंह ओ थानू लगदा जी कि डिसेबल्ड ने किसे पासे लगदा जी थानू कोई डिसेबिलिटी जापी उहनां दी थोड़े कोल सामने आई इन्हां ने किवें पंजाब दे नौजवानां नाल फ्रॉड कीता जी मैं ओ दसण लग्गिया भर्ती होई जी सब इंस्पैक्टरां दी अनाउंस 27/7/2021 ये कांग्रेस वेले अनाउंस हुई सी सब इंस्पेक्टर 560 पोस्टां निकलियां और 560 पोस्टां मुड़ के पोस्टपोन हो गया क्योंकि थानू याद होना सी रिक्रूटमेंट प्रोसेस बारे रौला पाया कि इहदे च धांधली हो रही है रिक्रूटमेंट सही नहीं हो रही ਉਹ ਪੋਸਟਪੋਨ ਹੋ ਗਈਆਂ ਉਸ ਵੇਲੇ ਹੋ ਨਹੀਂ ਸਕਿਆ ਫੇਰ ਉਹ ਭਰਤੀ ਸੱਦੀ ਗਈ ਮੇਰਾ ਵੀਰ ਮੇਰਾ ਬ੍ਰਦਰ ਥੋੜਾ ਜਿਹਾ ਇਹ ਨਵੀਂ ਤਰੀਕ ਨਿਕਲੀ ਔਰ ਨਵੀਂ ਤਰੀਕ ਚ ਇਹ ਸ਼ਰਤ ਰੱਖੀ ਗਈ ਕਿ ਭਰਤੀ ਤੁਸੀਂ ਨਵੇਂ ਸਿਰੇ ਅਪਲਾਈ ਨਹੀਂ ਕਰੋਗੇ ਕੱਲਾ ਭਰਤੀ ਦਾ ਟੈਸਟ ਨਵਾਂ ਹੋਗਾ ਅਪਲਾਈ ਜਿਹੜੇ ਪਹਿਲਾਂ ਕਰ ਗਏ ਜਿਨ੍ਹਾਂ ਨੇ ਜੋ ਡਾਕੂਮੈਂਟ ਜਮ੍ਹਾਂ ਕਰਦੇ उसे डॉक्यूमेंट से रहने दे नॉट चेंज डॉक्यूमेंट्स मैं आ कागज भी थोनू दूंगा पढ़ के सुना देना कैंडिडेट शुड फिल ऑल डिटेल्स इंक्लूडिंग द कैटेगरी करेक्टली इन ऑनलाइन एप्लीकेशन फॉर्म एंड सबमिट द सेम ओनली आफ्टर इंश्योरिंग दैट ऑल पर्टिकुलर डिटेल्स आर करेक्टली रिफ्लेक्टेड इन इट नो रिक्वेस्ट फॉर एनी चेंज in the online application form after it is submitted shall be entertained matlab test agge pe gaya but you cannot change what you have filled online magar ye aam aadmi thodi thi ye ta khas aadmi ne aaj shashovit veer ne ji kaka ji aap balkar singh ji de aa baithe ji itthe aa photo hai na ji sajje hath ਆ ਸੁਸ਼ੋਭਿਤ ਵੀਰ ਨੇ ਇਹ ਸੁਸ਼ੋਭਿਤ ਤਾਂ ਹੁੰਦੇ ਨੀ ਭੱਜੀ ਫਿਰਦੀ ਹੈ ਪਤਾ ਨੀ ਕੀ ਮਗਰਾ ਚ ਲੱਗੀ ਇਹ ਨਾਲ ਖਲੋਤੇ ਇਹਨਾਂ ਦੇ ਰਾਘਵ ਚਿੱਟਾ ਜੀ ਤੇ ਨਾਲ ਖਲੋਤੇ ਬਲਕੌਰ ਸਿੰਘ ਜੀ ਦੱਸੋ ਤੁਹਾਨੂੰ ਕੋਈ ਫੋਟੋ ਚ ਲੱਗਦਾ ਕੋਈ ਡਿਸੇਬਿਲਿਟੀ ਮੈਂ ਤਾਂ ਕਹਿ ਰਿਹਾ ਸਤਿਕਾਰਯੋਗ ਨੇ ਮਗਰ ਕਿਵੇਂ ਠੱਗੀ ਥੋੜੀ ਖੇਡ ਰਿਹਾ ਹੁਣ ਮੈਂ ਉਹਦਾ ਕੰਮ ਲਿਆਉਣਾ ਤੁਹਾਡੇ ਸਾਹਮਣੇ ਆਹ ਫੋਟੋ ਇੱਕ ਆ ਫੋਟੋ ਦੇਖੋ ਕਿਸੇ ਨੇ ਜਿਹਨੇ ਟਵੀਟ ਕੀਤਾ ਜਿਨ੍ਹਾਂ ਪੰਜਾਬੀ ਬੱਚਿਆਂ ਨੇ 4 ਲੱਖ ਬੱਚਿਆਂ ਨੇ 1 ਲੱਖ ਬੱਚਿਆਂ ਨੇ ਅਪਲਾਈ ਕੀਤਾ 1 ਲੱਖ ਬੱਚੇ ਅਪਲਾਈ ਕਰਨ ਤੋਂ ਬਾਅਦ 4000 ਸ਼ਾਰਟਲਿਸਟ ਹੋਏ ਅੱਜ 4000 ਸ਼ਾਰਟਲਿਸਟ ਹੋਣ ਤੋਂ ਬਾਅਦ ਸਭ ਦਾ ਫਿਊਚਰ ਛਿੱਕੇ ਤੇ ਤੰਗ ਤਾ ਕਿਉਂਕਿ ਇੱਥੋਂ ਆ ਕੇ ਬੈਕਡੋਰ ਐਂਟਰੀ ਸੁਸ਼ੋਭਿਤ ਵੀਰ ਸਿੰਘ ਨੇ ਕਿਉਂਕਿ ਇਹ ਆਪ ਐਮਐਲਏ ਦੇ ਕਾਕਾ ਜੀ ਨੇ ਇਹਨਾਂ ਲਈ ਰੂਲਸ ਸਪੈਸ਼ਲ ਹੁੰਦੇ ਨੇ ਖਾਸ ਆਦਮੀ ਨੇ ਆਮ ਆਦਮੀ ਨਹੀਂ ਸਾਰੇ ਕਾਨੂੰਨ ਛਿੱਕੇ ਤੇ ਟੰਗ ਕੇ ਇਹਨਾਂ ਨੂੰ ਵਿੱਚ ਲਿਆ ਕੇ ਇਹਨਾਂ ਨੇ ਰਿਟ ਪਟੀਸ਼ਨ ਪਵਾਤੀ ਔਰ ਰਿਟ ਪਟੀਸ਼ਨ ਕਿਵੇਂ ਪਾਈ ਆਹ ਕਾਗਜ਼ ਮੈਂ ਤੁਹਾਨੂੰ ਦਿਖਾਉਣ ਲੱਗਿਆ ਜਿਹਦੇ ਚ ਇਹਨਾਂ ਨੇ ਕਿਹਾ ਕਿ ਇਹ ਸਾਡੇ ਮੁੰਡੇ ਨੂੰ ਪਹਿਲਾਂ ਤਾਂ ਉਹਨੇ ਅਪਲਾਈ ਕੀਤਾ ਐਸਸੀ ਕੈਟੇਗਰੀ ਚ ਔਰ ਮੈਂ ਥੋੜਾ ਇਹ ਬੈਕਗ੍ਰਾਉਂਡ ਵੀ ਦੱਸਦਾ ਕਿ ਉਹਨੇ ਐਸਸੀ ਕੈਟੇਗਰੀ ਦੇ ਪਹਿਲਾਂ ਵੀ 2 ਟੈਸਟ ਦਿੱਤੇ ਆ ਇੱਕ ਦਿੱਤਾ ਐਕਸਾਈਜ਼ ਡਿਪਾਰਟਮੈਂਟ ਦਾ ਥੋੜੇ ਹੋਨਹਾਰ ਵੱਧ ਸਨ ਤੇ ਨੰਬਰ ਕੱਲੇ 30% ਹੀ ਆਏ ਥੋੜੇ ਰਹਿ ਗਏ ਪਿੱਛੇ ਤੇ ਉੱਥੇ ਫੇਲ ਹੋ ਗਿਆ ਕੰਮ ਨਹੀਂ ਸਿਲੈਕਟ ਹੋਏ ਕਿ ਮੈਂ ਨੰਬਰ ਦੱਸ ਦਿੰਦਾ ਕਾਗਜ਼ ਵੀ ਦੇ ਦੂੰ ਸੁਸ਼ੋਭਿਤ ਵੀਰ ਸਿੰਘ ਸਾਨੂੰ ਬਲਕਾਰ ਸਿੰਘ 120 ਨੰਬਰਾਂ ਚੋ ਇਹਨਾਂ ਨੂੰ 38 ਨੰਬਰ ਆਏ ਮਤਲਬ 33% ਹੋਇਆ ਜੀ ਫੇਲ ਹੋ ਗਏ ਫਿਰ ਇਹਨਾਂ ਨੇ ਅਪਲਾਈ ਕਰਤਾ ਜੀ ਨੈਬ ਤਹਿਸੀਲਦਾਰ ਵਾਸਤੇ ਇਹ ਵੀ 300 ਨੰਬਰ ਸਨ ਤੇ 300 ਨੰਬਰਾਂ ਤੋਂ ਇਹਨਾਂ ਦੇ ਫੇਰ 71% ਆਏ
उच भी फेल हो गए जी बाई 25% नंबर आए इन्होंने हिसाब ला मगर ए दोवे रिक्रूटमेंट सी 21 दियां उदो इना हाथ नहीं पैंदा सी मगर हुण क्योंकि बेईमाना दी सरकार आ गई है ते हाथ भी पै गया इन्होंने कीता की एससी भाईचारे च तां इन्हां दी गल बननी नहीं सी इन्होंने 2% कोटा कढ़िया कि जेड़े पुलिस पर्सनल ने जिन्हां दे उन्हां दे बच्चियां नूं जिन्हां नूं कोई डिसेबिलिटी हो गई है उस कोटे च आ गए जबकि रूल बड़ा क्लियर सी दैट यू कैन नॉट चेंज योर कैटेगरी ऑफ कोटा कैटेगरी जिस कैटेगरी च तुसी अप्लाई कीता सी जो सर्टिफिकेट दिते सी उत्थे रहो उन्हूं बदलो ना मगर क्योंकि सरकार मेहरबान सी सरकार दी समुची वजीरी सारे वजीर मेहरबान सी आ कुलदीप धालीवाल साहब नाल खलोते आ आ चड्डा जी नाल मैं जिहड़ी कर रहा सी बच्चियां ने की ट्वीट कीता बच्चे कहंदे योर फेलो सुशोभित वीर सिंह इज द मेन पर्सन विद अ रिट ऑन पंजाब पुलिस सब इंस्पेक्टर रिक्रूटमेंट इज दिस अ स्कैम फॉर योर गवर्नमेंट डूइंग स्टॉप हैरेसिंग स्टूडेंट्स विद पॉलिटिक्स आस्क योर मैन टू टेक रिट बैक स्टॉप फेक प्रोमिसेज अबाउट रिक्रूटमेंट इफ यू डोंट उन्होंने आपका केस नंबर दिता तो रिट को आती कि नहीं जी ए 2% पुलिस पर्सनल के केस से आप हूं 2% आला जबकि सुप्रीम कोर्ट के जजमेंट्स ने सारी कमेटी छिके दे टंग दी सुप्रीम कोर्ट की मैं जजमेंट पढ़ देना जी दैट एक तो है कि जी वेदांगन तलुकदार वर्सेस सैफुल्ला खान 1803 नंबर एक है जेएनके पब्लिक सर्विस कमीशन वर्सेस ईसर अहमद 2005 एसएससी 498 इसे तरह जजमेंट्स ऑफ पंजाब एंड हरियाणा हाई कोर्ट सारंजप्रीत औजला वर्सेस स्टेट ऑफ पंजाब सुभाष चंद्र वर्सेस स्टेट ऑफ पंजाब 2016 मैं थोड़ा डिटेल दूंगा विच इज कैटेगोरिकली मेंशन दैट आफ्टर अप्लाइंग यू कैन नॉट सबमिट एनी अदर पेपर जो एट द टाइम ऑफ एप्लीकेशन तुसी कागज देते जिस कैटेगरी च अप्लाई करता उथी रहोंगे उतो नहीं बदल सकते मगर क्योंकि सरकार बेईमाना दी आ गई इनू आ चिट्ठी मैं चिट्ठी पढ़ रहा चिट्ठी कड़ी भी किने डीजीपी साहब केड़े अपने जेड़े हले कन्फर्म ही नहीं हुए अपने गौरव यादव जी हुण गौरव यादव ने चिट्ठी कितों देनी सी इहनू स्वाभाविक है सीएम ने कहे तो बगैर तो चिट्ठी मिल नहीं सकती जेड़ी एप्लीकेशन 27/7/21 नूं फाइनल हो गई सी इस बंदे नूं चिट्ठी दे रहे 20/10/2022 और थले लिख की रहे है ऑफिस ऑफ द डायरेक्टर जनरल ऑफ पंजाब पुलिस चंडीगढ़ ऑन द रिक्वेस्ट ऑफ श्री बलकार सिंह रिटायर्ड डीसीपी पुलिस लॉ एंड ऑर्डर जलंधर who is 50% disabled in action against terrorism. A certificate is hereby issued to him under clause 2, sub 2 of the state government policy dated 11/6/96 for claiming 2% reservation in the quota for wards of police personnel in direct recruitment. इन पंजाब पुलिस 21 फॉर ए सन सुशोभित वीर सिंह सारा कुछ ही छिके ते टंगदा ते विच ही लिखदा इन्हें हले इहदी बैकडोर एंट्री करानी है सी आपके काके दी ते 50% डिसेबल दसदा बरकार सिंह मतलब तुसी समझदे हो ना कि आ बा नहीं चलू 50% दा दो भावा हो गया एक रह गई आ एक लत नहीं चलू दोवां चो एक हक नहीं चलू आ सारा एक पासा हूं ए फैसला बलकार सिंह जी कर रहे कि खबरे आला दसिया कि सजे आला दसिया मेनू नहीं पता इस गल का क्योंकि यह चिट्ठी च लिखा नहीं केड़ा पासा नहीं चलता भाई और 50% डिसेबिलिटी ऊं पुछ लो तुसी बंदे नूं घर भेज देंदे बिकॉज वो अनफिट हो जाता टू डू जॉब मतलब गवर्नमेंट के रूल्स ने मगर दिस पर्सन डिड नॉट रिटायर ही he did not quit his job मतलब इनू 50% disability करके नहीं he retired from service full pension benefits ले रहे हैं
मगर जदो बच्चे नू नौकरी च लाना सी ते उदो 50% साडा सर्टिफिकेट बनाता। दसो एदे च किथे 50% जग रहा कि डिसेबल, जिस तरह उधर चीका मारते सी लगदा सी किथे डिसेबिलिटी, मतलब जवान दी भी डिसेबिलिटी नहीं जाती, उधर जो कुछ नाम उसो निकलना चाहिदा वो भी निकली तुरी आउंदा सी। इस तरह धज्जियां उड़ा उड़ा बंदियां नू भर्ती करन दी स्कीमां लड़ाईयां जा रही। मैं पुछदा सरकार नू तुसी ओही भाई आपकी लिस्ट दे दिया करो खास आदमियां दी, बच्चियां नू कादे लई रिक्रूटमेंट प्रोसेस दी हैरेसमेंट चो कढ़दे हो, तुसी लिस्ट बनाओ ते भेज दिओ को आप भर्ती करने आ बाकी नहीं भर्ती करने। वाया दे सफरिंग 560 मुंडे 4000 जेड़े शॉर्टलिस्ट होए हुए आ 1 लाख तो बाद अज तक उन्हां दी भर्ती नहीं हो रही, क्योंकि ये बैकडोर तो भाई साहब नू लिया के बसाउणा चाहुंदे सुशोभित वीर नू, जेड़े नू नैब तहसीलदार दे एग्जाम च फेर, जेड़ा एक्साइज डिपार्टमेंट दे एग्जाम च फेर। मैं सारे रिजल्ट फेर दू, जेड़ा बेसिकली फेलियर है, हुण बैकडोर एंट्री उहदी कराउणा चाहुंदी है। इसे तरह इन्हां दी मैं होर दस दिया, देर वर टोटल ऑफ 560 पोस्ट, 58 पोस्ट वर एडवरटाइज इन द कैटेगरी ऑफ शेड्यूल कास्ट वाल्मीकि मजबी सिंह। सुशोभित वीर अप्लाइड इन SC कैटेगरी एंड ही वॉज नॉट एलिजिबल ऑन द डेट ऑफ एप्लीकेशन फॉर टू अप्लाई फॉर बोर्ड ऑफ पुलिस पर्सनल कैटेगरी इन विच 7 मेल इंस्पेक्टर्स आर टू बी रिक्रूटेड। कैटेगरी भेद बदल ली कि उत्थे गल नहीं पानी इतने आज, और मैं P4 एनेक्सर थोनू दिखाई देता है कि पता नहीं 50% डिसेबिलिटी कही है। जेडे ए बंदे ओ ने जेडे ना दी करोड़ा दी संपत्ति, लखा दी तनखा, लखा दिया सहूलता एज MLA ले रहे है, दसो ओदे मुंडे नू भी किसी चीज की कमी पेशी रहेगी? हां तेरे च कोई कमी पेशी हो मैं कदे दखल ना दिता, मगर बच्चे रौला पा रहे है कि साडे फ्यूचर नाल एयर रिक्रूटमेंट प्रोसेस रह गई, हर चीज नू छिके दे टंग के बैकडोर एंट्री कराउण दी साजिश चल रही ने। इहदे बारे अज